ਕਿਸਾਨਾਂ ਨੂੰ ਲੈ ਕੇ ਕੀਤੀ ਕੋਈ ਟਿੱਪਣੀ ਜਾਂ ਮੰਚ ਤੋਂ ਕਈ ਵਾਰ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੇ ਹੋਰ ਸਿਚੁਏਸ਼ਨ ਨੂੰ ਜਿਹੜਾ ਹੈਗਾ ਖਰਾਬ ਕਰ ਦਿੱਤਾ। 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਕਬੀ ਖਾਨ ਖੰਘਦਾ ਇੱਥੇ ਪਾਂਡਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਪਾਉਣੇ ਛਿੱਤਰ ਦੇਖੋ ਇੱਧਰ ਕਿੱਦਾਂ। ਮੈਨੂੰ ਨਹੀਂ ਪਤਾ, ਮੇਰੀ ਸਮਝ ਤੋਂ ਬਾਹਰ ਕੋਈ ਯਾਰ, ਮੈਂ ਕੋਈ ਜੱਗਾ ਆ ਜਾਂ ਦੁੱਲਾ ਆ ਜਿਹੜਾ ਬਾਅਦ 'ਚ ਬਦਲੇ ਲਊਂਗਾ। ਉਹਨਾਂ ਦੇ ਝੁੰਡ 'ਚ ਜਿੱਥੇ ਉਹ ਖੜ੍ਹੇ ਹੁੰਦੇ ਸੀ ਚਲੇ ਜਾਂਦਾ ਸੀ, ਮੈਂ ਕਿਹਾ ਸਾਡੇ ਭਾਈ ਆ, ਮਾਰਤ ਨਹੀਂ ਦੇਣ ਲੱਗੇ। 4 ਵਾਰੀ ਗਿਆ ਮੈਂ, 4 ਵਾਰੀ ਉਹਨਾਂ ਨੇ ਸਵਾਲ ਕੀਤੇ, ਜਵਾਬ ਮੈਂ ਸ਼ੁਰੂ ਹੀ ਕਰਦਾ ਉਹਨਾਂ ਦਾ, ਫਿਰ ਸੁਣਦੇ ਨਹੀਂ ਆਰਾਮ ਨਾਲ। ਬੇਸ਼ੁਮਾਰ ਲੋਕਾਂ ਨੇ ਆ ਕੇ ਘੇਰ ਲਿਆ, ਆ ਗੱਡੀ ਬਾਹਰ ਖੜ੍ਹੀ ਹੈ, ਮਾੜੀ ਮੋਟੀ ਚੱਲਦੀ ਹੈ, ਦੁੱਧ ਪਹਿਲਾਂ ਇੱਕ ਟੁੱਟ ਗਈ ਸੀ, ਫਿਰ ਇਹ ਹੋਰ ਲਈ ਹੈ, ਇਹ ਵੀ ਹੁਣ ਟੁੱਟ ਗਈ ਹੈ। ਜਿਹਨੇ ਵੀ ਸੱਚ ਬੋਲਿਆ, ਸਾਫ ਬੋਲਿਆ, ਉਹਨੂੰ ਪ੍ਰੋਬਲਮਸ ਆਈਆਂ। ਹੰਸਰਾਜ ਹੰਸੋਹਣੀ ਫਰੀਦਕੋਟ ਤੋਂ BJP ਦੇ ਉਮੀਦਵਾਰ, ਪਰ ਸਭ ਤੋਂ ਜ਼ਿਆਦਾ ਚਰਚਾ ਵੀ ਹੰਸਰਾਜ ਹੰਸੋਹਣੀ ਦੀ ਕੁਝ ਹੋ ਰਹੀ ਹੈ ਕਿਸਾਨੀ ਮਸਲਿਆਂ ਨੂੰ ਲੈ ਕੇ। ਇੱਕ ਨਵਾਂ ਇੰਸੀਡੈਂਟ ਹੋਇਆ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਛਿੜ ਗਈ। ਹੰਸਰਾਜ ਜੀ, ਪਿਛਲੇ ਲਗਾਤਾਰ ਅਸੀਂ ਦਿਨਾਂ ਤੋਂ ਦੇਖ ਰਹੇ, ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਹੈ, ਸਾਰੇ ਮਸਲੇ ਹੰਸਰਾਜ ਹੰਸ ਦੇ ਆਲੇ ਦੁਆਲੇ ਆ ਕੇ ਇਕੱਠੇ ਹੋ ਜਾਂਦੇ ਆ, ਕਿਤੇ ਐਸਾ ਤਾਂ ਨਹੀਂ ਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੈ ਕੇ ਕੀਤੀ ਕੋਈ ਟਿੱਪਣੀ ਜਾਂ ਮੰਚ ਤੋਂ ਕਈ ਵਾਰ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੇ ਹੋਰ ਸਿਚੁਏਸ਼ਨ ਨੂੰ ਜਿਹੜਾ ਹੈਗਾ ਖਰਾਬ ਕਰ ਦਿੱਤਾ ਔਰ ਕੱਲ੍ਹ ਵਾਲੀ ਸਥਿਤੀ ਪੈਦਾ ਹੋ ਗਈ? ਮੈਨੂੰ ਨਹੀਂ ਪਤਾ, ਮੇਰੀ ਸਮਝ ਤੋਂ ਬਾਹਰ। ਮੈਂ ਕਦੀ ਨਿਮਰਤਾ ਦਾ, ਮੁਹੱਬਤ ਦਾ ਪੱਲਾ ਨਹੀਂ ਛੱਡਿਆ, ਨਾ ਮੈਂ ਕਦੀ ਗਲਤ ਬੋਲਿਆ, ਨਾ ਮੈਂ ਚਾਹੁੰਦਾ ਜ਼ਿੰਦਗੀ 'ਚ ਆਕੜ ਨਾ ਤੁਰਿਆ ਜਾਵੇ। ਹਮੇਸ਼ਾ ਸਿਰ ਝੁਕਾ ਕੇ ਤੁਰਿਆ ਔਰ ਸਾਰਿਆਂ ਅੱਗੇ ਸਿਰ ਝੁਕਾ ਕੇ ਤੁਰਿਆ। ਅੱਛਾ, ਜਦੋਂ ਪਹਿਲਾਂ ਤੁਹਾਡੀ ਸਟੇਟਮੈਂਟ ਆਈ ਸੀ ਉਸ ਤੋਂ ਬਾਅਦ ਤੁਸੀਂ ਕੁਝ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਵੀ ਨਜ਼ਰ ਆਏ ਸੀ, ਤਾਂ ਜਦੋਂ ਤੁਸੀਂ ਕਿਸਾਨ ਆਗੂਆਂ ਦੇ ਨਾਲ ਜਾਂ ਹੋਰਾਂ ਦੇ ਨਾਲ ਗੱਲਬਾਤ ਕੀਤੀ, ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਿਆ ਕਿ ਸ਼ਾਇਦ ਮਾਹੌਲ ਠੀਕ ਹੋ ਜੇ, ਉਹਨਾਂ ਨਾਲ ਗੱਲਬਾਤ ਦੇ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ? ਤਾਂ ਕਿ ਕਹਿੰਦੇ ਆ ਕਿ ਮਸਲਾ ਵਧਾਈਏ ਤਾਂ ਵੱਧ ਜਾਂਦਾ, ਪਰ ਪਿਆਰ ਇੱਕ ਐਸੀ ਚੀਜ਼ ਆ ਕਿ ਮਸਲੇ ਕਈ ਵਾਰੀ ਟਿਕ ਜਾਂਦੇ ਆ। ਦੇਖੋ, ਹੋਰ ਤਾਂ ਕੋਈ ਕੈਂਡੀਡੇਟ ਗਿਆ ਵੀ ਨਹੀਂ, ਮੈਂ ਤਾਂ ਸਾਰੇ ਰੋਕਣ ਦੇ ਬਾਵਜੂਦ ਉਹਨਾਂ ਦੇ ਝੁੰਡ 'ਚ ਜਿੱਥੇ ਉਹ ਖੜ੍ਹੇ ਹੁੰਦੇ ਸੀ ਚਲੇ ਜਾਂਦਾ ਸੀ, ਮੈਂ ਕਿਹਾ ਸਾਡੇ ਭਾਈ ਆ, ਮਾਰਤ ਨਹੀਂ ਦੇਣ ਲੱਗੇ। 4 ਵਾਰੀ ਗਿਆ ਮੈਂ, 4 ਵਾਰੀ ਉਹਨਾਂ ਨੇ ਸਵਾਲ ਕੀਤੇ, ਜਵਾਬ ਮੈਂ ਸ਼ੁਰੂ ਹੀ ਕਰਦਾ ਉਹਨਾਂ ਦਾ, ਫਿਰ ਸੁਣਦੇ ਨਹੀਂ ਆਰਾਮ ਨਾਲ। ਇਹ ਕੰਮ ਹੁੰਦਾ ਆਰਾਮ ਨਾਲ ਬੈਠੇ ਹੋਈਏ, ਤਹੱਮਲ ਮਿਜ਼ਾਜ ਨਾਲ, ਔਰ ਉਹ ਸਵਾਲ ਕਰਨ, ਫਿਰ ਮੈਂ ਆਰਾਮ ਨਾਲ ਜਵਾਬ ਦੇਵਾਂ, ਫਿਰ ਅਗਲਾ ਸਵਾਲ ਕੀਤਾ ਜਾਵੇ। ਅੱਛਾ, ਕੱਲ੍ਹ ਕੀ ਵਾਪਰਿਆ ਸੀਗਾ, ਪੂਰਾ ਘਟਨਾਕ੍ਰਮ ਕਿਵੇਂ ਸ਼ੁਰੂ ਹੋਇਆ, ਅਚਾਨਕ ਸਭ ਹੋਇਆ? ਕੱਲ੍ਹ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ, ਮੋਦੀ ਸਾਹਿਬ ਦੀ ਰੈਲੀ ਸੀ, ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਬੁਲਾਇਆ ਸੀ ਉੱਥੇ ਪਟਿਆਲੇ, ਅਤੇ ਅਸੀਂ ਆਨ ਦਾ ਵੇ ਸੀ, ਜਾ ਰਹੇ ਸੀ, ਰਸਤੇ 'ਚ ਘਿਰ ਗਏ, ਬਸ ਪਤਾ ਨਹੀਂ ਸੀ, ਜਿੱਦਾਂ 1,000-1,200 ਇਸ ਤੋਂ ਜ਼ਿਆਦਾ ਹੀ ਹੋਣੇ, ਮਤਲਬ ਬੇਸ਼ੁਮਾਰ ਲੋਕਾਂ ਨੇ ਆ ਕੇ ਘੇਰ ਲਿਆ। ਬਸ ਤੁਸੀਂ ਕਿਹਾ ਕਿ ਮੇਰੇ 'ਤੇ ਅਟੈਕ ਹੋਇਆ, ਤੁਹਾਨੂੰ ਕੋਈ ਤੁਹਾਡੇ ਲੱਗੀ, ਜਾਂ ਤੁਸੀਂ ਕਹਿ ਰਹੇ ਸੀ ਕਿ ਮੇਰੇ ਸਾਥੀ ਜ਼ਖਮੀ ਹੋਏ? ਮੈਂ ਤਾਂ ਕੁਛ ਵੀ ਨਹੀਂ ਕਿਹਾ ਅਜੇ, ਲੋਕਾਂ ਨੇ ਵੀਡੀਓ ਦੇਖੀਆਂ, ਆ ਗੱਡੀ ਬਾਹਰ ਖੜ੍ਹੀ ਹੈ, ਮਾੜੀ ਮੋਟੀ ਚੱਲਦੀ ਹੈ, ਦੁੱਧ ਪਹਿਲਾਂ ਇੱਕ ਟੁੱਟ ਗਈ ਸੀ, ਫਿਰ ਇਹ ਹੋਰ ਲਈ ਹੈ, ਇਹ ਵੀ ਹੁਣ ਟੁੱਟ ਗਈ ਹੈ, ਗਨਮੈਨਾਂ ਦੇ ਜ਼ਖਮ ਹੋਏ ਆ, ਮੈਂ ਤਾਂ ਕੁਛ ਵੀ ਨਹੀਂ ਕਹਿੰਦਾ, ਜੇ ਮੈਂ ਕਹਾਂ ਤਾਂ ਕੋਈ
ਕੰਪਲੇਂਟ ਲਿਖਾਈਏ ਜਾਂ ਕਿਹਨੂੰ ਕੰਪਲੇਂਟ ਲਿਖਾਈਏ? ਕਿਤੇ ਐਸਾ ਤਾਂ ਨਹੀਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਮੰਚ ਤੋਂ ਕਿਤੇ ਨਾ ਕਿਤੇ ਜਿਹੜਾ ਤੁਸੀਂ ਉਹ ਕੁਝ ਕੁ ਲਾਈਨਾਂ ਸੀ ਕਿ ਦੇਖ ਲਾਂਗੇ ਇਹਨਾਂ ਖੱਬੀਖਾਨਾਂ ਨੂੰ, ਕਿਤੇ ਤੁਹਾਨੂੰ ਲੱਗਦਾ ਨਹੀਂ ਵੀ ਉਹ ਸ਼ਬਦ ਸ਼ਾਇਦ ਤਲਖੀ ਹੋਰ ਵੱਧ ਗਈ? ਨਹੀਂ, ਉਹਦੇ ਵਿੱਚ ਕਿਸਾਨਾਂ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ, ਉਹ ਤਾਂ 3-4 ਬੰਦੇ ਸੀ ਪਿੰਡ ਦੇ, ਉਹਨਾਂ ਨਾਲ ਹੀ ਗੱਲ ਹੋਈ ਹੈ। ਉਹ ਕੋਈ ਬੇਟੀ ਸੀ, ਇੱਕ ਮਾਂ ਸੀ, ਇੱਕ ਉਹਦੀ ਵਾਈਫ ਸੀ ਬੰਦੇ ਦੀ, ਕ੍ਰਿਸ਼ਨ ਜੀ ਦੀ, ਇੱਕ ਬੇਟੀ ਸੀ। ਕੱਪੜੇ ਪਾੜੇ, ਗਾਲਾਂ ਕੱਢੀਆਂ, ਤਿੰਨਾਂ ਨੂੰ ਅੱਗ ਲਾ ਦਾਂਗੇ। ਉਹ ਪਿੰਡ ਦੇ ਬੰਦੇ ਸੀ, ਉਹਦੇ ਵਿੱਚ ਕਿਤੇ ਆਉਂਦਾ ਮੈਂ ਵੀ ਕਿਸਾਨਾਂ ਨੂੰ ਦੇਖ ਲਾਂਗੇ? ਮੈਂ ਕਿਹਾ ਇਹਨਾਂ ਨੂੰ ਦੇਖ ਲਾਂਗੇ, ਉਹ 3-4 ਬੰਦੇ ਪਿੰਡ ਵਾਲੇ। ਫਿਰ ਦੇਖਣ ਦਾ ਮਤਲਬ ਇੱਥੇ ਤਰਜਮਾ ਹੋਰ ਕੀਤਾ ਜਾਂਦਾ ਆਪਣੇ, ਇਹ ਵੀ ਬਾਅਦ 'ਚ ਦੇਖਾਂਗੇ, ਪਹਿਲੀ ਤਰੀਕ ਤੱਕ ਸਬਰ ਕਰੋ, ਪੁਲਿਸ ਯਾਨੀ ਕਾਨੂੰਨ ਨਾਲ ਦੇਖ ਲਾਂਗੇ। ਮੈਂ ਇਹ ਕਿਹਾ ਕਿ ਮੈਂ ਕੋਈ ਰਿਵੈਂਜਫੁੱਲ ਬੰਦਾ ਜਾਂ ਮੈਂ ਕੋਈ ਯਾਰ ਮੈਂ ਕੋਈ ਜੱਗਾ ਆ ਜਾਂ ਦੁੱਲਾ ਆ ਜਿਹੜਾ ਬਾਅਦ 'ਚ ਬਦਲੇ ਲਊਂਗਾ, ਜਾਂ ਮੇਰੇ ਅੱਗੇ 5 ਸਾਲ MP ਰਿਹਾ, ਮੈਂ ਤਾਂ ਕਿਸੇ ਨੂੰ ਕਦੇ ਸ਼ਿਕਾਇਤ ਨਹੀਂ ਕੀਤੀ ਭਾਵੇਂ ਕੋਈ ਗੋਲੀਆਂ ਚਲਾਈ ਜਾਵੇ। ਤੁਸੀਂ ਚੱਲਦੇ ਹੋ ਸਹਾਇਤਾ ਦੇ ਨਾਲ, ਪਰ ਉਸ ਦਿਨ ਕਿਤੇ ਨਾ ਕਿਤੇ ਸ਼ਬਦ ਜਿਹੜੇ ਆ, ਕਿਉਂਕਿ ਤੁਸੀਂ ਬਾਅਦ ਦੇ ਵਿੱਚ ਵੀ ਕਿਹਾ ਇਹਨਾਂ ਨੇ ਏਦਾਂ ਨਹੀਂ ਟਿਕਣਾ। ਨਹੀਂ, ਉਦਾਂ ਦਾ ਵਾਕਿਆ ਉਹ ਮੈਂ ਫਿਰ ਕਹੂੰਗਾ, 3-4 ਬੰਦੇ ਸੀ ਪਿੰਡ ਦੇ। ਉਹਦੇ ਵਿੱਚ ਜੇ ਮੈਂ ਕਿਸਾਨਾਂ ਨੂੰ ਕਹਾਂ, ਫਿਰ ਇਹ ਕਿਸਾਨ ਮੁੱਦਾ ਕਿਉਂ ਬਣ ਗਿਆ ਮੈਨੂੰ ਇਹ ਨਹੀਂ ਸਮਝ ਲੱਗਦੀ। ਉਹ 3-4 ਬੰਦੇ ਸੀ ਪਿੰਡ ਦੇ ਹੀ, ਉਹਨਾਂ ਨੇ ਉਸ ਲੜਕੀ ਦੇ, ਤੁਸੀਂ ਪੰਜਾਬੀ ਇੰਨੇ ਬਗੈਰਤ ਹੋ ਗਏ, ਇੱਕ ਲੜਕੀ ਦੇ ਕੱਪੜੇ ਪਾਟੇ ਆ, ਉਹਦੀ ਮਾਂ ਨੂੰ ਬੇਹੁਰਮਤੀ ਕੀਤੀ ਗਈ ਆ, ਉਹਦਾ ਹਸਬੈਂਡ ਮੇਰੇ ਨਾਲ ਗੱਲ ਲਾ ਕੇ ਰੋ ਰਿਹਾ, ਮੈਂ ਉਹਨਾਂ ਦੀ ਹਮਾਇਤ ਕਰ ਰਿਹਾ, ਉਹ ਪੰਜਾਬੀ ਇੰਨੇ ਬੇਗੈਰਤ ਹੋ ਗਏ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਧੀਆਂ ਦੇ ਨਾਂ ਨਾਲ ਇਹ ਨਹੀਂ ਲੱਗਦਾ ਇਹ ਦਲਿਤ ਕੁੜੀ ਸੀ, ਇਹ ਫਲਾਨਿਆਂ ਦੀ ਕੁੜੀ, ਧੀ ਹੁੰਦੀ ਆ। ਅੱਜ ਮੰਚ ਕਿਤੇ ਏਦਾਂ ਦੇ ਤਾਂ ਨਹੀਂ ਸਵਾਲ ਉੱਠਣ ਲੱਗ ਗਏ ਕਿ ਯਾਰ ਦਿੱਲੀ ਵਧੀਆ ਸੰਸਦ ਬਣ ਗਏ ਸੀ, ਸ਼ਾਇਦ ਫਰੀਦਕੋਟ ਆ ਕੇ ਪੰਗਾ ਲੈ ਲਿਆ, ਅੱਜ ਕਿਤੇ ਕਿਤੇ ਲੱਗਦਾ? ਨਹੀਂ, ਪੰਗਾ ਤਾਂ ਉਦਣ ਤੋਂ ਸ਼ੁਰੂ ਹੋ ਜਾਂਦਾ ਜਦੋਂ ਇਸ ਦੁਨੀਆਂ 'ਚ ਆ ਜਾਂਦੇ। ਦੁਨੀਆ ਹੈ ਹੀ ਅਸੀਂ ਆ, ਇਹ ਐਵੇਂ ਹੀ ਆ ਬਸ, ਇਹਨਾਂ ਨੇ ਜਦੋਂ ਤੋਂ ਦੁਨੀਆ ਬਣੀ ਆ, ਮੈਂ ਵੇਖਦਾ ਦਾਸਤਾਨਾਂ ਪੜ੍ਹਦਾ, ਜਿਹਨੇ ਵੀ ਸੱਚ ਬੋਲਿਆ, ਸਾਫ਼ ਬੋਲਿਆ, ਉਹਨੂੰ ਪ੍ਰੋਬਲਮਸ ਆਈਆਂ। ਤੁਸੀਂ ਭਾਵੁਕ ਹੋਏ ਅੱਜ ਨਜ਼ਰ ਆਏ, ਇੰਨੇ ਭਾਵੁਕ ਕੀ ਆਇਆ ਜ਼ਹਿਨ ਦੇ ਵਿੱਚ? ਕੁਛ ਨਹੀਂ, ਮੇਰੇ ਜ਼ਹਿਨ 'ਚ ਆਇਆ ਕਿ ਮੈਂ ਇੱਕ ਹਿਸਟਰੀ ਬਣਾਉਣਾ ਚਾਹੁੰਦਾ ਸੀ ਕਿ ਆਪਣੇ ਲੋਕਾਂ ਲਈ ਇੱਥੇ ਆ ਕੇ ਕੁਛ ਕਰਾਂਗੇ, ਲੇਕਿਨ ਕੋਈ ਹਬੀ ਨਬੀ ਹੋ ਜਾਂਦੀ ਹੈ ਇਸ ਕਿਸਮ ਦੀ, ਤਾਂ ਫਿਰ ਜਿੱਦਾਂ ਮੈਂ ਚਾਹੁੰਦਾ ਸੀ ਸ਼ਾਇਦ ਕੋਈ ਹੋਰ ਉੱਠੇ, ਸ਼ਾਇਦ ਕੋਈ ਹੋਰ ਉੱਠੇ। ਮੈਂ ਤਾਂ ਕਿਹਾ ਇਹੀ ਕਿਹਾ ਸੀ, ਹੋਰ ਮੈਂ ਕੋਈ ਮੌਤ ਤੋਂ ਨਹੀਂ ਖੌਫ ਮੈਨੂੰ। ਤੁਸੀਂ ਕੱਲ੍ਹ ਦੀਆਂ ਵੀਡੀਓ ਦੇਖੋ, ਮੈਂ ਇੱਕਦਮ ਮੈਂਟਲੀ ਪ੍ਰਪੇਅਰ ਸੀ, ਸ਼ਾਂਤ ਸੀ, ਮੈਨੂੰ ਪਤਾ ਸੀ ਕਿ ਕੁਛ ਵੀ ਹੋ ਸਕਦਾ, ਮੈਨੂੰ ਇਹ ਸ਼ੋਰ ਹੋ ਗਿਆ ਸੀ ਕਿ ਅੱਜ ਕੁਛ ਹੋ ਜਾਣਾ। ਕੀ ਤੁਹਾਡੇ ਮਨ 'ਚ ਵਾਕਈ ਤੁਹਾਨੂੰ ਜਦੋਂ ਤੁਸੀਂ ਭਾਵੁਕ ਹੋਏ ਤੁਹਾਨੂੰ ਲੱਗਿਆ ਕਿ ਕੁਝ ਵਾਪਰ ਸਕਦਾ? ਕੀ ਤੁਸੀਂ ਵਾਕਈ ਉਸ ਅਵਸਥਾ ਚਲੇ ਗਏ ਕਿ ਤੁਹਾਨੂੰ ਲੱਗਿਆ ਕਿ ਤੁਹਾਡੇ ਨਾਲ ਕੁਝ ਵਾਪਰ ਸਕਦਾ? ਉਦੋਂ ਮੈਂ ਭਾਵੁਕ ਨਹੀਂ ਹੋਇਆ, ਮੈਂ ਸਹਿਜ ਸੀ, ਸ਼ਾਂਤ ਸੀ। ਮੈਂ ਕਿਹਾ ਜਿਹਨਾਂ ਨੇ ਐਡੀਆਂ ਬਲਿਦਾਨ ਦਿੱਤੇ ਆ, ਸ਼ਾਹ ਮਨਸੂਰ ਨੂੰ ਵੀ ਸੂਲੀ 'ਤੇ ਚੜਾਇਆ ਗਿਆ, ਸਾਈਂ ਸਰਮਦ ਦਾ ਪੋਸ਼ ਉਤਾਰ ਦਿੱਤਾ ਗਿਆ, ਖਲੀਲ ਜਬਰਾਨ ਨਾਲ ਕੀ ਹੋਇਆ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਦਿੱਤਾ ਗਿਆ, ਤੂੰ ਵੀ ਤਿਆਰ ਹੋ ਜਾ, ਟਾਈਮ ਆ ਗਿਆ। ਅਤੇ ਭਾਵੁਕ ਤਾਂ ਅੱਜ ਹੋਇਆ ਸੀ, ਮੈਂ ਕਿਹਾ ਯਾਰ ਚਾਹੁੰਦੇ ਕੀ ਸੀ, ਹੋ ਕੀ ਜਾਂਦਾ ਹੈ, ਚਾਹੁੰਦੇ ਕੀ ਆ, ਹੋ ਕੀ ਜਾਂਦਾ। 1.5-2 ਮਹੀਨੇ ਹੋ ਗਏ ਮੈਂ ਕਦਮਾਂ 'ਤੇ ਸਿਰ ਰੱਖੀ ਜਾਂਦਾ, ਬੰਦੇ ਸਿਰ ਚਰਨਾਂ 'ਚ ਰੱਖਿਆ ਵੀ ਨਹੀਂ ਮਾਫ਼ ਕਰ ਰਿਹਾ। ਇੰਨੇ ਇੰਸੀਡੈਂਟ ਹੋਣ ਤੋਂ ਬਾਅਦ ਕੀ ਤੁਸੀਂ ਵਿੱਚ ਦਾ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇੱਕ ਵਾਰੀ ਫਿਰ ਸੁਨੇਹਾ ਘੱਲ ਕੇ ਕੋਈ ਮਸਲਾ ਠੰਡਾ ਕੀਤਾ ਜਾ ਸਕੇ? ਉਹਨਾਂ ਦੇ ਵਕੀਲ ਬਣਨ ਦੀ ਕੋਈ ਗੱਲ ਕੀਤੀ ਕਿ ਭਾਈ ਮੈਂ ਤੁਹਾਡਾ ਵਕੀਲ ਬਣ ਕੇ ਗੱਲ ਕਰ ਲੂੰਗਾ? ਕੀ ਤੁਹਾਨੂੰ ਲੱਗਦਾ ਕਿ ਕੋਈ ਗੱਲਬਾਤ ਦੇ ਰਸਤਾ ਨਿਕਲ ਸਕਦਾ? ਮੈਨੂੰ ਨਹੀਂ ਪਤਾ, ਮੈਨੂੰ ਤਾਂ ਲੱਗਦਾ ਸਭ ਰਸਤੇ ਬੰਦ ਹੈ। ਜੇ ਕਿਸੇ ਦੀ ਜ਼ਮੀਰ ਜਾਗਦੀ ਹੋਏਗੀ, ਜੇ ਸਿੱਖਇਜ਼ਮ ਨੂੰ ਕੋਈ ਮੰਨਦਾ ਹੋਏਗਾ, ਗੁਰੂ ਨਾਨਕ ਦਾ ਸਿੱਖ ਹੋਏਗਾ,
ਉਹਨੂੰ ਮੇਰੀਆਂ ਗੱਲਾਂ ਸਮਝ ਆਉਣਗੀਆਂ। ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੁਣੌਤੀਆਂ ਹੋਰ ਵੀ ਹੋ ਸਕਦੀਆਂ, ਤੁਹਾਡੀ ਆਉਣ ਵਾਲੇ ਦਿਨਾਂ ਦੀ ਕੰਪੇਨ ਨੂੰ ਲੈ ਕੇ ਰਣਨੀਤੀ ਕਿਸ ਤਰ੍ਹਾਂ ਦੀ ਰਹੇਗੀ? ਅੱਗੇ ਕਿਹੜੀਆਂ ਚੁਣੌਤੀਆਂ ਘੱਟ ਆ, ਅੱਜ ਵੀ ਮੈਂ ਕਿਹੜਾ ਰੁਕਣਾ? ਇੱਕ ਸ਼੍ਰੀ ਫਰਹਾਦ ਸੁਣਿਆ ਸੀ, ਸ਼੍ਰੀ ਫਰਹਾਦ ਦਾ ਕਿੱਸਾ ਸੁਣਿਆ, ਜਿੱਦਾਂ ਹੀਰ ਰਾਂਝਾ ਹੋਇਆ, ਸ਼੍ਰੀ ਫਰਹਾਦ ਨੇ ਪਹਾੜ ਕੱਟ ਕੇ ਨਹਿਰ ਲਿਜਾਣੀ ਸੀ ਸ਼੍ਰੀ ਦੇ ਸ਼ਹਿਰ ਤੱਕ, ਅਤੇ ਉਹਦੇ ਦੋਸਤ ਮਿੱਤਰ ਦੁਨੀਆਦਾਰ ਬੰਦੇ ਆ ਗਏ ਪਿੰਡੋਂ, ਉਹ ਕਹਿੰਦੇ ਫਰਹਾਦ ਤੇਰੀ ਮੱਤ ਮਾਰੀ ਆ, ਕਦੀ ਪਹਾੜ ਵੀ ਚੀਰ ਹੋਏ ਹੋਏ, ਕਦੀ ਪਹਾੜ ਵੀ ਕੱਟੇ ਗਏ, ਤੇਸਾ ਜਿਹਾ ਲੈ ਕੇ ਆ ਗਿਆ। ਕਹਿੰਦਾ ਜਾਓ ਦੁਨੀਆ ਵਾਲਿਓ, ਕਦੀ ਆਸ਼ਕ ਵੀ ਥੱਕੇ ਆ, ਇਸ਼ਕ ਹੈ ਧਰਤੀ ਨਾਲ, ਆਸ਼ਕਾਂ ਨੂੰ ਸਜ਼ਾ ਮਿਲਦੀ ਰਹੀ ਹੈ। ਕੱਲ੍ਹ ਦਾ ਮੇਰਾ ਚਿਹਰਾ ਦੇਖੋ ਦਗ ਦਗ ਕਰਦਾ ਸੀ, ਕੋਈ ਹੋਰ ਇੱਦਾਂ ਘਿਰ ਜਾਵੇ ਨਾ, 1500 ਬੰਦਾ ਕਿਰਪਾਨਾਂ ਫੜੀਆਂ ਹੁਣ ਖਿਰਚਾਂ, ਤਾਂ ਉਹ ਐਵੇਂ ਅੱਗੋਂ ਪਿੱਛੋਂ ਮੈਂ ਹੱਥ ਜੋੜਦਾ, ਮੈਂ ਕੱਲ੍ਹ ਹੱਥ ਨਹੀਂ ਜੋੜੇ, ਮੈਂ ਕਿਹਾ ਤਿਆਰ ਹਾਂ, ਮੈਂ ਤਿਆਰ ਹਾਂ ਮੇਰੇ ਮਾਲਕ, ਜੇ ਮੇਰੇ ਕਰਮਾਂ ਦੇ ਮਬੂਜਬ ਇਹ ਸਜ਼ਾ ਲਿਖੀ ਆ ਤਾਂ ਇਹੀ ਆ, ਤੂੰ ਵੀ ਇਹ ਮੇਰੇ ਕਾਤਲ ਵੀ ਮੈਨੂੰ ਰੱਬ ਲੱਗਦੇ ਆ। ਪੀ ਐਮ ਸਾਹਿਬ ਨਾਲ ਕੀ ਗੱਲਬਾਤ ਹੋਈ ਫਿਰ ਉਦੋਂ ਜਦੋਂ ਮਸਲੇ ਦਾ ਪਤਾ ਲੱਗਿਆ? ਪੀ ਐਮ ਸਾਹਿਬ ਨੇ ਕਿਹਾ ਰੈਲੀ ਉਨੀ ਦੇਰ ਨਹੀਂ ਹੋਏਗੀ ਜਿੰਨੀ ਦੇਰ ਬੰਦਾ ਸਾਡਾ ਨਹੀਂ, ਜਲਦੀ ਲਿਆਓ ਉਹਨੂੰ, ਵੀ ਇਹ 15-20 ਜਾਂ ਇਸ ਤੋਂ ਜ਼ਿਆਦਾ ਟਾਈਮ ਲੇਟ ਹੋਈ, ਫਿਰ ਕੱਢਿਆ ਮੈਨੂੰ, ਮਿਹਰਬਾਨੀ, ਸੋ ਨਾਈਸ ਟੂ ਹਿਮ, ਸੋ ਗਰੇਟਫੁਲ ਟੂ ਡੀ ਜੀ ਪੀ ਪੰਜਾਬ, ਏ ਡੀ ਜੀ ਪੀ ਭਾਈ ਮੇਰੇ ਸਰਦਾਰ ਜਸਕਰਨ ਸਿੰਘ ਜੀ, ਆਈ ਜੀ ਸਾਹਿਬ ਨਰਿੰਦਰ ਭਾਰਗਵ, ਇਹ ਆ ਗਿਆ, ਐਸ ਐਸ ਪੀ ਪਟਿਆਲਾ ਆ ਗਿਆ, ਫੋਰਸਿਸ ਲੈ ਕੇ ਮੈਨੂੰ ਉੱਥੇ ਲੈ ਗਿਆ। ਜਦੋਂ ਮੈਂ ਗਿਆ ਸਟੇਜ ਉੱਥੇ ਤੁਸੀਂ ਖੜੇ ਰਹੇ, ਫਿਰ ਉਹਨੇ ਬਹੁਤ ਦੇਰ ਖੜੇ ਸੀ, ਜਿੱਧਰੋਂ ਛਡਾਉਂਦੇ ਸੀ ਉੱਧਰੋਂ ਫੜਦੇ, ਪੁਲਿਸ ਵੀ ਕੱਲ੍ਹ ਮਤਲਬ ਪੈਨਿਕ ਹੋ ਗਿਆ ਸੀ, ਸਾਰਾ ਪੈਨਿਕ ਇਨ ਮਾਹੌਲ ਹੋ ਗਿਆ ਸੀ, ਪੁਲਿਸ ਨੂੰ ਵੀ ਲੱਗਦਾ ਸੀ ਹੁਣ ਐਨੀਥਿੰਗ ਕੈਨ ਹੈਪਨ। ਅਤੇ ਫਿਰ ਪੀ ਐਮ ਸਾਹਿਬ ਆਖਿਰ ਮੈਂ ਚਲੇ ਗਿਆ ਸੀ, ਉਹਨਾਂ ਨੇ ਇੱਦਾਂ ਹੱਥ ਫੜ ਕੇ ਆਗ ਕਰਕੇ ਕਿਹਾ ਤੂੰ ਠੀਕ ਆ? ਮੈਂ ਕਿਹਾ ਮੈਂ ਠੀਕ, ਮੈਂ ਜ਼ਿੰਦਾ। ਆਖਿਰ ਦੇ ਵਿੱਚ ਤੁਹਾਡੇ ਬੋਲਾਂ ਦੀ, ਤੁਹਾਡੀ ਆਵਾਜ਼ ਦੀ ਤਾਂ ਪੂਰੀ ਕਰੀਬ ਦੁਨੀਆ ਮਰੀਦ ਰਹੀ ਹੈ, ਚਲੋ ਸਿਆਸਤ ਦੇ ਵਿੱਚ ਆ ਗਏ ਤਾਂ ਫਿਰ ਵਿਰੋਧ ਵੀ ਝੱਲਣਾ ਪੈਂਦਾ, ਦੋਨੇ ਪਾਸੇ ਬੰਦਾ ਹੋ ਜਾਂਦਾ, ਕੋਈ ਸੁਨੇਹਾ ਦੇਣਾ ਚਾਹੋਗੇ ਤੁਹਾਡੀ ਆਵਾਜ਼ ਰਾਹੀਂ, ਕੋਈ ਕੋਈ ਚਾਰ ਬੋਲਾਂ ਦੇ ਰਾਹੀਂ ਕੋਈ ਪੈਗਾਮ ਦੇਣਾ ਚਾਹੋਗੇ? ਮੈਂ ਸੁਨੇਹਾ ਇਹ ਦੇਣਾ ਚਾਹੁੰਦਾ ਕਿ ਨਾ ਮੁਹੱਬਤ ਨਾ ਮੁਰੱਵਤ, ਨਾ ਇਨਸਾਨੀਅਤ ਨਾ ਹਮਦਰਦੀ, ਮੈਂ ਤਾਂ ਸ਼ਰਮਿੰਦਾ ਹਾਂ ਇਸ ਦੌਰ ਕਾ ਇਨਸਾਨ ਹੋ ਕਰ, ਐ ਰੱਬਾ ਤੂੰ ਆਪ ਹੀ ਚੁੱਕ ਲਾ, ਮੈਨੂੰ ਹੱਥ ਵੀ ਗੰਦੇ ਨਾ ਲੱਗਣ, ਮੈਨੂੰ ਗੰਦਿਆਂ ਹੱਥਾਂ ਨਾ ਕੋਈ ਮਾਰੇ, ਮੈਨੂੰ ਤੂੰ ਆਪ ਚੁੱਕ ਲਾ, ਆਹ ਸਾਈਲੈਂਟ ਅਟੈਕ ਹੁੰਦੇ ਹੀ ਆ, ਹੋ ਜਾ, ਮੈਨੂੰ ਗੰਦੇ ਹੱਥ ਨਾ ਲੱਗਣ, ਤੇਰੇ ਆਸ਼ਕ ਨੂੰ ਗੰਦੇ ਹੱਥ ਨਾ, ਪਾਕ ਹੱਥ ਨਾ ਲੱਗਣ, ਨਾਪਾਕ ਹੱਥ ਮਤਲਬ ਨਾ ਪਾਕ ਹੱਥ ਨਾ ਲੱਗਣ, ਨਾ ਪਾਕ ਦਾ ਮਤਲਬ ਪਤਾ, ਨਾ ਪਾਕ ਗੰਦੇ ਹੱਥ ਨਾ ਲੱਗਣ ਮੇਰੇ ਇਸ ਬੋਡੀ ਨੂੰ। ਪਰ ਇਹਦਾ ਵੀ ਮਤਲਬ ਕਈ ਤਰ੍ਹਾਂ ਦੇ ਨਿਕਲ ਸਕਦੇ ਆ, ਕਿਉਂਕਿ ਜਿਹੜੇ ਮਰਜ਼ੀ ਮਤਲਬ ਕੱਢਣ, ਆ ਗੰਦੇ ਹੱਥਾਂ ਨਾਲ ਮੈਂ ਨਾ ਮਾਰਾਂ, ਮੈਨੂੰ ਤੂੰ ਆਪ ਚੁੱਕ ਲੈ ਇਸ ਦੁਨੀਆ ਤੋਂ। ਤਾਂ ਹੰਸਰਾਜ ਹੰਸੂ ਹੋਣੀ ਸਾਫ਼ ਤੌਰ ਤੇ ਕਹਿੰਦੇ ਨੇ ਕਿ ਮੈਂ ਤਾਂ ਵਿਰੋਧ ਚੱਲ ਰਿਹਾ, ਪਰ ਸਾਫ਼ ਤੌਰ ਤੇ ਜਿਸ ਤਰ੍ਹਾਂ ਦਾ ਇੰਸੀਡੈਂਟ ਵਾਪਰਿਆ ਉਹਨੂੰ ਲੈ ਕੇ ਜ਼ਹਿਨ ਦੇ ਵਿੱਚ ਲੱਗਦਾ ਕਿ ਕਾਫ਼ੀ ਕੁਝ ਇਸ ਵੇਲੇ ਹੰਸਰਾਜ ਹੰਸੂਰਾਂ ਦੇ ਚੱਲ ਰਿਹਾ, ਪਰ ਕਹਿੰਦੇ ਨੇ ਕਿ ਇੱਕੋ ਦਵਾ ਕਿ ਮੈਨੂੰ ਨਾਪਾਕ ਹੱਥ ਨਾ ਲੱਗਣ, ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ ਜੀ ਜੀ, ਤਾਂ ਕਹਿੰਦੇ ਨੇ ਕਿ ਮੈਨੂੰ ਨਾਪਾਕ ਹੱਥ ਨਾ ਲੱਗਣ, ਪਰ ਇਹ ਸੁਨੇਹਾ ਕੀ ਦੇਣਾ ਚਾਹੁੰਦੇ ਨੇ, ਕਿੱਥੇ ਦੇ ਰਹੇ ਨੇ, ਕਿਤੇ ਕਿਤੇ ਵਿਵਾਦ ਆ ਜਿਹੜਾ ਤਲਖੀ ਆ ਉਹ ਲਗਾਤਾਰ ਵੱਧ ਰਹੀ ਹੈ, ਪਰ ਐਸੇ ਮਾਹੌਲ ਦੇ ਵਿੱਚ ਫਿਰ ਵੀ ਕੋਸ਼ਿਸ਼ ਇਹੀ ਕਿ ਤਲਖ ਮਾਹੌਲ ਪੈਦਾ ਨਾ ਹੋਵੇ, ਵੋਟਾਂ ਜਾਂ ਸਿਆਸਤ ਉਸੇ ਤਰ੍ਹਾਂ ਚੱਲੇ, ਪਰ ਕਿਤੇ ਨਾ ਕਿਤੇ ਭਾਈਚਾਰੇ ਜਾਂ ਪੰਜਾਬ ਦੇ ਮਾਹੌਲ ਦੇ ਵਿੱਚ ਤਲਖੀ ਪੈਦਾ ਨਾ ਹੋਵੇ। ਔਰ ਹਾਲੇ ਪ੍ਰਚਾਰ ਚੱਲਣਾ ਹੋਰ ਦਿਨ, ਦੇਖਦੇ ਹਾਂ ਕੀ ਨਤੀਜੇ ਨਿਕਲਣਗੇ, ਵੋਟਾਂ ਵੇਲੇ ਕੀ ਹਾਲਾਤ ਰਹਿਣਗੇ, ਨਤੀਜੇ ਕੀ ਰਹਿਣਗੇ, ਕਿਉਂਕਿ ਲੋਕਤੰਤਰ
ਦੀ ਇਹ ਖੂਬਸੂਰਤੀ ਹੈ ਕਿ ਕੋਈ ਵੀ ਉਮੀਦਵਾਰ ਹੋ ਸਕਦਾ ਅਤੇ ਕੋਈ ਵੀ ਕਿਸੇ ਨੂੰ ਵੀ ਵੋਟ ਕਰ ਸਕਦਾ, ਤਾਂ ਵੋਟ ਦਾ ਅਧਿਕਾਰ ਹੈ, ਸ਼ਾਇਦ ਵਿਵਾਦ ਦੇ ਨਾਲੋਂ ਵੋਟ ਦਾ ਅਧਿਕਾਰ ਹੈ ਜਿਹੜਾ ਉਹ ਵੱਡਾ ਅਧਿਕਾਰ ਹੈ ਜੀ। ਕੋਈ ਗੁਰੂ ਨਾਨਕ ਦਾ ਸਿੱਖ ਆਵੇ, ਕੋਈ ਸਾਧੂ ਸੰਤ ਆਵੇ, ਮੈਨੂੰ ਕਹੇ ਤੇਰੀ ਕੁਰਬਾਨੀ ਲੈ ਕੇ ਕਿਸੇ ਦਾ ਬੱਚਾ ਵਾਪਸ ਆ ਸਕਦਾ, ਤੇਰੀ ਕੁਰਬਾਨੀ ਲੈ ਕੇ ਪੰਜਾਬ ਦੇ ਮਸਲੇ ਸਾਰੇ ਕਿਸਾਨਾਂ ਦੇ ਹੱਲ ਹੋ ਸਕਦੇ, ਉਹ ਮੇਰਾ ਜੋ ਮਰਜ਼ੀ ਕਰ ਸਕਦੇ ਆ, ਇਹ ਮੇਰੇ ਮਾਲਕ, ਮੈਨੂੰ ਤੇਰੇ ਬੰਦੇ ਤੋਂ ਇਲਾਵਾ ਕੋਈ ਹੱਥ ਨਾ ਲੱਗੇ। ਸ਼ੁਭਕਰਨ ਦੀ ਮੌਤ ਨੂੰ ਲੈ ਕੇ ਜਾਣੀ ਤੁਹਾਨੂੰ, ਮੈਨੂੰ ਨਹੀਂ ਪਤਾ ਕੀ ਨਾਮ ਹੈ, ਪਰ ਸਾਰਿਆਂ ਨੂੰ ਅਫਸੋਸ ਹੈ, ਕਿਸੇ ਦਾ ਬੱਚਾ, ਉਹ ਮੇਰਾ ਹੀ ਪੁੱਤ ਸਮਝੋ, ਉਹ ਆਪਣੇ ਪੁੱਤ ਮਰਨ ਜਿੰਨਾ ਹੀ ਦੁੱਖ ਹੋਇਆ ਸਾਰੇ ਪੰਜਾਬ ਨੂੰ। ਸ਼ੁਭਕਰਨ ਦੀ ਜਾਨ ਗਈ, ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾ ਦਵਾਉਣ ਲਈ ਹੰਸਰਾਜ ਹੰਸੋਣੀ ਉਪਰਾਲਾ ਕਰਨਗੇ, ਅੱਗੇ ਆਉਣਗੇ? ਮੈਂ ਕੋਈ ਉਪਰਾਲਾ ਨਹੀਂ ਕਰਨਾ, ਮੈਂ ਸਿਰਫ ਇਹ ਮਿਹਨਤ ਕਰਦਾ ਕਿ ਮੈਨੂੰ ਨਾਪਾਕ ਹੱਥ ਨਾ ਲੱਗਣ। ਰੱਬਾ ਮੇਰਿਆ, ਤੂੰ ਜਦੋਂ ਮਰਜ਼ੀ ਚੁੱਕ ਲਈ, ਜਾਂ ਤੇਰਾ ਉਹ ਭਗਤ ਕੋਈ ਆਵੇ, ਤੈਨੂੰ ਕੋਈ ਮੰਨਣ ਵਾਲਾ ਹੋਵੇ, ਗੁਰੂ ਨਾਨਕ ਦਾ ਸਿੱਖ ਹੋਵੇ ਜਾਂ ਸਾਧੂ ਸੰਤ ਹੋਵੇ, ਉਹ ਮੈਨੂੰ ਸਜ਼ਾ ਦੇਵੇ ਅਤੇ ਚੁਰਾਹੇ 'ਚ ਬੇਸ਼ੱਕ ਦੇ। ਤਾਂ ਹੰਸਰਾਜ ਹੰਸੂ ਹੋਣੀ ਕਿਤੇ ਨਾ ਕਿਤੇ ਕਾਫ਼ੀ ਭਾਵੁਕ ਨਜ਼ਰ ਆ ਰਹੇ ਨੇ, ਕਿਉਂਕਿ ਲਗਾਤਾਰ ਵਿਰੋਧ ਆ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ, ਤਲਖੀ ਲਗਾਤਾਰ ਵੱਧਦੀ ਜਾ ਰਹੀ ਆ। ਫਿਲਹਾਲ ਚੋਣ ਪ੍ਰਚਾਰ ਜਾਰੀ ਆ ਅਤੇ ਚੋਣ ਨਤੀਜੇ ਵੋਟਾਂ ਤੋਂ ਬਾਅਦ ਜਦੋਂ ਆਉਣਗੇ ਉਦੋਂ ਅਸਲੀ ਸਿਆਸੀ ਤਸਵੀਰ ਸਾਹਮਣੇ ਆਏਗੀ। ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਗਾ।